ਲਓ ਜੀ, ਆਪਾਂ ਪਹੁੰਚ ਗਏ ਹਾਂ ਚੱਕਬੀੜ ਸਰਕਾਰ ਦੇ ਵਾਟਰ ਵਰਕਸ 'ਤੇ। ਮੇਰੇ ਨਾਲ ਗੁਰਪ੍ਰੀਤ ਆ, ਬਾਈ ਗੁਰਜੀਤ ਆ ਅਤੇ ਮੈਂ ਹਾਂ। ਅਤੇ ਆਪਾਂ ਇੱਥੋਂ ਤੁਹਾਨੂੰ ਸਾਰਾ ਵਿਊ ਦਿਖਾਉਂਦੇ ਹਾਂ। ਇੱਥੋਂ ਦੇ ਡਿੱਗੀਆਂ ਦੇ ਬਹੁਤ ਮਾੜੇ ਹਾਲਾਤ ਆ, ਅਤੇ ਇਹਨਾਂ ਡਿੱਗੀਆਂ ਦਾ ਪਾਣੀ ਸਾਡੇ ਲੋਕਾਂ ਦੇ ਘਰਾਂ ਤੱਕ ਪਹੁੰਚ ਰਿਹਾ। ਅਤੇ ਆਓ ਵੇਖੀਏ ਵਿਊ। ਹੁਣ ਆਪਾਂ ਤੁਹਾਨੂੰ ਡਿੱਗੀਆਂ ਵਾਲੇ ਪਾਸੇ ਲਿਜਾਂਦੇ ਹਾਂ ਅਤੇ ਵਿਖਾਉਂਦੇ ਹਾਂ ਪਿੰਡ ਚੱਕਬੀੜ ਸਰਕਾਰ ਦੀਆਂ ਡਿੱਗੀਆਂ ਦੇ ਹਾਲਾਤ, ਮੌਜੂਦਾ ਹਾਲਾਤ। ਅਤੇ ਆਹ ਜਿਹੜੀ ਚੱਕਬੀੜ ਸਰਕਾਰ ਦੀ ਜਿਹੜੀ ਆ ਡਿੱਗੀਆਂ ਤੁਹਾਨੂੰ ਦਿਖਾਉਂਦੇ ਹਾਂ। ਅਤੇ ਇਹਦੇ ਵਿੱਚ ਪਰਿੰਡਾਂ ਦੇ ਛੱਤੇ ਲੱਗੇ ਹੋਏ ਆ, ਕਿੰਨਾ ਘਾਹ ਫੂਸ, ਦਵਾਈਆਂ, ਲਿਫਾਫੇ, ਬੋਤਲਾਂ ਕਿੰਨੀਆਂ ਪਈਆਂ, ਹੈ ਨਾ। ਅਤੇ ਇਹੀ ਪਾਣੀ ਜਿਹੜਾ ਸਾਡੇ ਘਰਾਂ ਤੱਕ ਪਹੁੰਚਦਾ। ਅਤੇ ਇਸੇ ਦੇ ਨਾਲ ਹੀ ਤੁਹਾਨੂੰ ਇੱਕ ਸੇਫਟੀ ਟੈਂਕ ਬਣਿਆ ਹੋਇਆ ਹੋਰ ਦਿਖਾਉਂਦੇ ਹਾਂ, ਜਿਹੜਾ ਕਿ ਅੱਜ ਦੇ ਸਮੇਂ ਖਾਲੀ ਪਿਆ ਹੋਇਆ। ਦੇਖੋ ਕਿੰਨਾ ਪੈਸਾ ਖਰਚ ਹੋਇਆ ਹੋਊਗਾ ਸਰਕਾਰ ਦਾ ਜਦੋਂ ਇਹ ਟੈਂਕ ਬਣਿਆ ਹੋਇਆ ਹੋਊਗਾ। ਅਤੇ ਵੇਖੋ ਪਿੱਪਲ ਵਗੈਰਾ ਇਹਦੇ ਵਿੱਚ ਜਾਂ ਘਾਹ ਫੂਸ ਸਰਕਾਨੇ ਉੱਗਰੇ ਹੋਏ ਆ। ਅਤੇ ਪਤਾ ਨਹੀਂ ਮੌਕੇ ਦੀ ਸਰਕਾਰ ਨੇ ਇਹਨੂੰ ਲੋੜੀਂਦਾ ਨਹੀਂ ਸਮਝਿਆ ਗਾ ਅਤੇ ਬਿਲਕੁਲ ਲੱਖਾਂ ਰੁਪਈਆ ਲੱਗ ਕੇ ਇਹ ਬੇਕਾਰ ਪਿਆ ਹੋਇਆ। ਹੁਣ ਆਪਾਂ ਤੁਹਾਨੂੰ ਝਾਤ ਪਾਉਂਦੇ ਹਾਂ ਜਿਹੜਾ ਨਾਲ ਟੈਂਕ, ਵੱਡੇ ਟੈਂਕ ਬਣੇ ਹੋਏ ਆ ਵਾਟਰ ਸਟੋਰੇਜ ਵਾਲੇ, ਵੱਡੀਆਂ ਡਿੱਗੀਆਂ। ਅਤੇ ਆਹ ਦੇਖੋ ਵੱਡੀਆਂ ਡਿੱਗੀਆਂ ਦੇ ਮੌਜੂਦਾ ਹਾਲਾਤ ਤੁਹਾਨੂੰ ਦਿਖਾਉਂਦੇ ਹਾਂ। ਆਹ ਦੇਖੋ ਆਹ ਹਾਲਾਤ ਨੇ ਪਿੰਡ ਚੱਕਬੀੜ ਸਰਕਾਰ ਦੇ ਵਾਟਰ ਵਰਕਸ ਦੇ। ਦੇਖੋ ਇੰਨਾ ਗੰਦਲਾ ਪਾਣੀ, ਮੈਨੂੰ ਲੱਗਦਾ ਇਸ ਪਾਣੀ ਤੋਂ ਸਾਫ਼ ਤਾਂ ਸਾਡੇ ਪਿੰਡ ਦੇ ਛੱਪੜ ਦਾ ਪਾਣੀ ਸਾਫ਼ ਹੋਊਗਾ, ਹੈ ਨਾ ਗੁਰਪ੍ਰੀਤ? ਅਤੇ ਇੱਦੂ ਸਾਫ਼ ਸਾਡੇ ਪਿੰਡ ਦੇ ਛੱਪੜ ਦਾ ਪਾਣੀ ਹੋਊਗਾ। ਦੇਖ ਲਓ ਮੌਜੂਦਾ ਹਾਲਾਤ, ਆਹ ਦੇਖੋ ਕੀ ਕੁਛ ਉੱਗਰਿਆ ਪਿਆ। ਮੈਡੀਕਲ ਦਵਾਈਆਂ, ਬੋਤਲਾਂ ਤੁਹਾਨੂੰ ਵਿਖਾਉਣੇ ਆ, ਬੋਤਲਾਂ ਵਗੈਰਾ ਵਿੱਚ ਡਿੱਗੀਆਂ ਹੋਈਆਂ। ਦੇਖੋ ਆਹ ਪਈਆਂ ਬੋਤਲਾਂ, ਆਹ ਦੇਖੋ ਇੰਨੇ ਮਾੜੇ ਹਾਲਾਤ ਨੇ। ਦੂਜੀ ਡਿੱਗੀ ਦਾ ਕਾਨੇ ਉੱਗਰੇ ਪਏ, ਪਾਣੀ ਵੀ ਨਹੀਂ ਚੜਦੇ। ਅਤੇ ਉਹ ਦੇਖੋ ਤੁਹਾਨੂੰ ਮੈਂ ਹੋਰ ਦਿਖਾਉਣਾ ਕਿੰਨੀ ਕਾਈ ਉੱਗਰੀ ਹੋਈ ਆ। ਇਹੀ ਪਾਣੀ ਸਾਡੇ ਘਰਾਂ ਤੱਕ ਪਹੁੰਚਦਾ ਜਿਹਦੇ ਕਰਕੇ ਕਾਲੇ ਪੀਲੇ ਪੀਲੀਆ ਜਾਂ ਹੋਰ ਅਸੀਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ। ਅਸੀਂ ਸਰਕਾਰ ਨੂੰ ਇਹਨਾਂ ਦਾ ਸਾਰਾ ਟੈਕਸ ਬਿੱਲ ਜੋ ਵੀ ਆ ਭਰ ਰਹੇ ਹਾਂ ਟਾਈਮ ਟੂ ਟਾਈਮ, ਪਰੰਤੂ ਫਿਰ ਵੀ ਸਾਨੂੰ ਜਿਹੜੀਆਂ ਇਹ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਅਤੇ ਦੇਖੋ ਤੁਹਾਨੂੰ ਨੈਕਸਟ ਡਿੱਗੀ ਦਿਖਾਉਂਦੇ ਹਾਂ, ਇੱਕ ਡਿੱਗੀ ਹੈ ਤਾਂ ਹਾਲਾਤ, ਦੂਜੀ ਡਿੱਗੀ ਆ। ਦੇਖੋ ਆਹ ਦੇਖੋ ਦੂਜੀ ਡਿੱਗੀ ਦੇ ਜਾਣ ਲਈ ਪਹਿਲੀ ਗੱਲ ਤਾਂ ਰਸਤਾ ਹੀ ਹੈ ਨਹੀਂ, ਸਾਫ਼ ਹੋਣਾ ਤਾਂ ਬਹੁਤ ਵੱਡੀ ਗੱਲ ਆ, ਬਹੁਤ ਦੂਰ ਦੀ ਗੱਲ ਆ ਸਾਫ਼ ਹੋਣਾ ਤਾਂ। ਆਹ ਦੇਖੋ ਆਹ ਜਦੋਂ ਦੂਸਰੀ ਡਿੱਗੀ ਕਦੇ ਬਣੀ ਹੋਊਗੀ ਸਰਕਾਰ ਦੇ ਵੇਲੇ, ਜਿਹੜੀ ਵੀ ਮਰਜ਼ੀ ਸਰਕਾਰ ਹੋਵੇ, ਅਤੇ ਆਹ ਦੇਖੋ ਇਹਦੇ ਘੱਟੋ ਘੱਟ ਬਣਾ ਨਹੀਂ ਤਾਂ 50-60 ਲੱਖ ਰੁਪਈਆ ਖਰਚ ਹੋਇਆ ਹੋਊਗਾ। ਅਤੇ ਇਸ ਨੂੰ ਯੂਜ਼ ਹੀ ਨਹੀਂ ਕੀਤਾ ਜਾ ਰਿਹਾ, ਵਰਤਿਆ ਹੀ ਨਹੀਂ ਜਾ ਰਿਹਾ। ਸਰਕਾਨੇ, ਸੱਪਾਂ ਦਾ ਘਰ ਕਹਿ ਲਓ, ਹੈ ਨਾ। ਅਤੇ ਇੱਥੇ ਇਹ ਚੀਜ਼ਾਂ ਉੱਗੀਆਂ ਹੋਈਆਂ ਵੇਖੋ, ਤੁਸੀਂ ਦੂਰ ਦੂਰ ਤੱਕ ਵੇਖੋਗੇ ਜਿਵੇਂ ਕਿ ਜੰਗਲ ਹੀ ਬਣਿਆ ਹੋਇਆ। ਅਤੇ ਆਹ ਦੇਖੋ ਡਿੱਗੀਆਂ ਵਾਲੇ ਪਾਸੇ ਜਾਣ ਲਈ ਰਸਤੇ ਹੀ ਹੈਣਗੇ ਤਾਂ ਸਾਫ਼ ਸਫਾਈ ਤਾਂ ਹੋਣੀ ਬਹੁਤ ਦੂਰ ਦੀ ਗੱਲ ਆ। ਆਹ ਦੇਖੋ ਅਤੇ ਹੁਣ ਤੁਹਾਨੂੰ ਇੱਕ ਡਿੱਗੀ ਹੋਰ ਦਿਖਾਉਂਦੇ ਹਾਂ। ਅਤੇ ਆਹ ਵੇਖੋ ਸਾਫ਼ ਸਫਾਈ, ਚਲੋ ਆਹ ਦੇਖੋ ਬੀਅਰ ਦੀਆਂ ਬੋਤਲਾਂ ਪਈਆਂ ਇੱਥੇ, ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਇਹ। ਨਸ਼ੇੜੀ ਆ ਕੇ ਬਹਿੰਦੇ ਇੱਥੇ, ਆਹ ਹਾਲਾਤ ਨੇ ਇੱਥੋਂ ਦੇ ਪਿੰਡ ਚੱਕਬੀੜ ਸਰਕਾਰ ਦੇ ਵਾਟਰ ਵਰਕਸ ਦੇ। ਹੁਣ ਅਸੀਂ ਉਸਨੂੰ ਥੋੜ੍ਹਾ ਜਿਹਾ ਉੱਪਰੋਂ ਜਾ ਕੇ ਡਿੱਗੀ ਦਾ ਵਿਊ ਦਿਖਾਉਂਦੇ ਹਾਂ। ਆਹ ਦੇਖੋ ਜਿੱਥੇ ਲੋਕਾਂ, ਜਿਹੜੇ ਪਾਣੀ ਪੀਣਾ ਲੋਕਾਂ ਨੇ, ਜਿਹੜੇ ਪਾਣੀ ਨੂੰ ਪੀਣਾ, ਉੱਥੇ ਆ ਕੇ ਜਾਨਵਰ ਆ ਕੇ ਬਹਿੰਦੇ ਆ। ਆਹ ਜਾਨਵਰ ਬੈਠੇ ਹੋਏ ਨੇ ਇੱਥੇ, ਦੇਖੋ ਦੇਖੋ ਸਾਫ਼ ਸਫਾਈ ਦਾ ਜਾਂ ਕੁਛ ਵੀ ਕਹਿ ਲਓ, ਕੋਈ ਮੇਨ ਸਪਲਾਈ ਜਿਹੜੀ ਪਿੰਡ ਦੇ ਵਾਟਰ ਵਰਕਸ ਨੂੰ ਇੱਥੋਂ ਜਾਂਦੀ ਆ। ਆਹ ਹਾਲਾਤ ਨੇ ਪਿੰਡ ਚੱਕਬੀੜ ਸਰਕਾਰ ਦੇ ਵਾਟਰ ਵਰਕਸ ਦੇ।
ਦੇਖੋ ਫਿਲਟਰ, ਹਾਂ ਅੱਗੇ ਤੁਹਾਨੂੰ ਫਿਲਟਰ ਦਿਖਾਉਣੇ ਆ ਜਿਹੜਾ ਕਿ ਲੱਖਾਂ ਕਰੋੜਾਂ ਰੁਪਈਆਂ ਦੀ ਲਾਗਤ ਦੇ ਨਾਲ ਬੰਦ ਪਿਆ। ਹਾਂ ਇਹਨੂੰ ਬਿਨਾਂ ਯੂਜ਼ ਕੀਤੇ ਫਿਲਟਰ ਹੋਏ ਹੀ ਪਾਣੀ ਸਿੱਧਾ ਲੋਕਾਂ ਦੇ ਘਰਾਂ 'ਚ। ਹਾਂ ਆਹ ਦੇਖੋ ਲੱਖਾਂ ਕਰੋੜਾਂ ਰੁਪਈਆਂ ਦੀ ਲਾਗਤ ਨਾਲ ਕਿਸੇ ਵੇਲੇ ਇਹ ਫਿਲਟਰ ਲੱਗਿਆ ਹੋਣਾ ਗਾ, ਅੱਜ ਦੀ ਘੜੀ ਦੇ ਵਿੱਚ ਇਹ ਜਿਹੜਾ ਫਿਲਟਰ ਆ ਬੰਦ ਪਿਆ। ਦੇਖੋ ਬਿਨਾਂ ਫਿਲਟਰ ਕੀਤੇ ਹੋਏ ਪਾਣੀ ਜਿਹੜਾ ਲੋਕਾਂ ਦੇ ਘਰਾਂ ਤੱਕ ਪਹੁੰਚ ਰਿਹਾ, ਇਹ ਮੌਜੂਦਾ ਹਾਲਾਤ ਨੇ ਪਿੰਡ ਚੱਕਬੜ ਸਰਕਾਰ ਦੇ ਵਾਟਰ ਵਰਕਸ ਦੇ। ਹੁਣ ਤੁਹਾਨੂੰ ਹੋਰ ਵਿਊ ਦਿਖਾਉਣੇ ਆ ਪਿੰਡ ਚੱਕਬੜ ਸਰਕਾਰ ਦੀਆਂ ਡਿੱਗੀਆਂ ਦਾ। ਇਹ ਕਾਹਦੀ ਕਿਹੜੀ ਡਿੱਗੀ ਬਣੀ ਹੋਈ ਆ? ਇਹ ਡੀਸੀ ਦਫ਼ਤਰ ਨੂੰ ਜਾਂਦੀ ਇਹ ਸਪਲਾਈ, ਇੱਥੋਂ ਸਪਲਾਈ ਕਹਿੰਦੇ ਡੀਸੀ ਦਫ਼ਤਰ ਨੂੰ ਜਾਂਦੀ ਆ, ਅਤੇ ਇਸ ਡਿੱਗੀ ਦੇ ਹਾਲਾਤ ਵੀ ਤੁਹਾਨੂੰ ਦਿਖਾਉਣੇ ਆ। ਦੇਖੋ ਬੋਤਲਾਂ ਡਿੱਗੀਆਂ ਹੋਈਆਂ, ਕਿੰਨਾ ਕਚਰਾ ਪਿਆ ਹੋਇਆ, ਮੱਛਰਾਂ ਦਾ ਘਰ ਬਣਿਆ ਹੋਇਆ। ਪਤਾ ਨਹੀਂ ਇਹ ਜਦੋਂ ਵੀ ਇਹ ਡਿੱਗੀ ਬਣੀ ਹੋਊਗੀ, ਪਤਾ ਨਹੀਂ ਕਿੰਨੇ ਪੈਸੇ ਲੱਗੇ ਹੋਣਗੇ ਇਹਨੂੰ ਬਣਾਉਣ ਦੀ, ਲਾਗਤ ਕਿੰਨੀ ਲੱਗੀ ਹੋਊਗੀ, ਪਰੰਤੂ ਅੱਜ ਦੇ ਜਿਹੜੇ ਮੌਜੂਦਾ ਹਾਲਾਤ ਨੇ ਬਹੁਤ ਬਦਤਰ ਨੇ ਇਸ ਡਿੱਗੀ ਦੇ। ਤੁਸੀਂ ਦੇਖ ਸਕਦੇ ਹੋ ਦੋ ਜੋ ਹਾਲਾਤ ਦਿਖਾਏ ਨੇ ਪਿੰਡ ਚੱਕਬੜ ਸਰਕਾਰ ਦੇ ਵਾਟਰ ਵਰਕਸ ਦੇ ਨੇ। ਇਹ ਇਸ ਪੇਜ ਨੂੰ ਸਭ ਅਫਸਰਾਂ ਨੇ ਵੀ ਫੋਲੋ ਕੀਤਾ ਹੋਇਆ, ਡੀ ਸੀ ਸਾਹਿਬ ਖੁਦ ਇੱਥੋਂ ਇਸ ਪੇਜ ਦੇ ਫੋਲੋਅਰ ਨੇ ਅਤੇ ਖੁਦ ਇਸ ਐਕਟੀਵਿਟੀ ਨੂੰ ਵਾਚ ਕਰਨਗੇ, ਅਤੇ ਸਾਨੂੰ ਆਸ ਹੈ ਕਿ ਇਸ ਜਿਹੜਾ ਵਾਟਰ ਵਰਕਸ ਦਾ ਜਿਹੜਾ ਮੌਜੂਦਾ ਹਾਲਾਤ ਜਿਹੜੇ ਤੁਹਾਨੂੰ ਦਿਖਾਏ ਨੇ ਇਹਦਾ ਜਿਹੜਾ ਪੁਖਤਾ ਪ੍ਰਬੰਧ ਕੀਤੇ ਜਾਣ, ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰੋ ਪੇਜ ਨੂੰ, ਅਤੇ ਧੰਨਵਾਦ ਤੁਹਾਡਾ ਵੀਡੀਓ ਨੂੰ ਵਾਚ ਕਰਨ ਦੇ ਲਈ।